सत श्री अकाल। इस तो पहला कि आपां पार्ट थ्री दियां फिजिकल एक्सरसाइज करिए, आपां पहलां दियां कीतियां होईयां एक्सरसाइज दी रीकैप देख लेंदे हां। गर्दन नूं घुमाउणा हैगा गोलाई दे विच, मदद करदी है सानूं जिहड़े साडे मोढ़े दे जॉइंट्स ने उहनां दी मूवमेंट च मदद दबाउणा ते सिर नाल उधर नूं हथ नाल दबाउणा। साथियो जिहड़ी हुण तुसीं एक्सरसाइज देख रहे हो करदे हां, तां असी क्योंकि एंटीबायोटिक्स वगैरा तुसीं देख रहे हो आम तौर ते आपां स्कूलां दे विच बच्चे नूं करो, तां अपने डॉक्टर दी राय जरूर ले लवो। ते जिहड़े गुट हैगे आ उहनां दी मूवमेंट इसे हो जांदे आ। जिहड़ी एक्सरसाइज है इस नूं तुसीं पार्ट थ्री दे विच। साथियो आपां हुण पार्ट थ्री दियां फिजिकल एक्सरसाइज शुरू कर रहे हां। इस दे विच आपां लम्मे पै जाना है ते कोशिश करनी है कि उठ के साडे हाथ जिहड़े आ उह साडे पैरां तक पहुंच जाण, पर यह गलती नहीं करनी कि साडे गोडे मुड़ जाण। गोडे बिल्कुल सीधे उवें रहने चाहीदे हन, इस नाल साडी कमर जिहड़ी है उह लचकीली बनदी है ते साडे पेट दे आसे पासे जिहड़ी एक्सट्रा चर्बी है उह खत्म हो जाती है ते पेट दे मसल्स भी स्ट्रोंग हो जाते हैं। जिहड़ी कमर दर्द है वह हौली हौली कमर दर्द की प्रॉब्लम जिहड़ी है बिल्कुल ही खत्म हो जाती है। आ दूजी एक्सरसाइज आपां कर रहे हैं, इस दे विच आपां लम्मे पै के पहला एक लत नूं अपनी छाती वल हत्थां दी मदद नाल खिंचना है, फिर दूजी लत नूं, फिर दोनों लत्तां नूं आपां छाती वल खिंचना है। इस नाल साडे जिहड़े जॉइंट्स ने ओह उहनां दी जिहड़ी लचक बरकरार हो जांदी है। थोड़ा जिहा इस दे विच स्ट्रैस पवेगा शुरुआती दौर दे विच, तुसीं घट सैट लगा सकते हो ते जदों तुहानूं तकलीफ ना होवे तां तुसीं घट्टो घट्ट चार सैट फिर जरूर लगाउणे हन। ਇਹ ਐਕਸਰਸਾਈਜ਼ ਰੂਟੀਨ ਦੇ ਵਿੱਚ ਕਰਨੀਆਂ ਚਾਹੀਦੀਆਂ ਹਨ। ਇਸ ਦੇ ਵਿੱਚ ਜਿਹੜਾ ਮੈਂ ਥੋੜਾ ਜਿਹਾ ਉੱਪਰ ਉੱਠ ਰਿਹਾ ਹਾਂ, ਤੁਸੀਂ ਬਿਲਕੁਲ ਵੀ ਉੱਪਰ ਨਹੀਂ ਉੱਠਣਾ, ਉਮਰ ਜ਼ਿਆਦਾ ਹੋਣ ਕਰਕੇ ਮੈਂ ਉਹਨਾਂ ਬੈਲੈਂਸ ਨਹੀਂ ਬਣਾ ਪਾਉਂਦਾ, ਪਰ ਤੁਸੀਂ ਉੱਪਰ ਨਹੀਂ ਉੱਠਣਾ। ਆਹ ਜਿਹੜੀ ਹੁਣ ਪੈਰਾਂ ਨੂੰ ਮੋੜਨ ਦੀ ਐਕਸਰਸਾਈਜ਼ ਤੁਸੀਂ ਦੇਖੀ ਸੀ, ਇਹ ਵੀ ਕਰਨੀ ਆ। ਹੁਣ ਜਿਹੜਾ ਆਸਣ ਤੁਸੀਂ ਦੇਖ ਰਹੇ ਹੋ, ਆਪਾਂ ਇਹਨਾਂ ਦੇ ਨਾਮ ਤੋਂ ਤਾਂ ਜ਼ਿਆਦਾ ਕੁਛ ਨਹੀਂ ਲੈਣਾ, ਪਰ ਵੀ ਤੁਹਾਨੂੰ ਦੱਸ ਦਿੰਦਾ ਕਿ ਇਹ ਹਲਾਸਨ ਤੇ ਸਰਵਾਂਗ ਆਸਨ ਦੇ ਵਿਚਕਾਰ ਦਾ ਆਸਨ ਹੈ। ਇਸ ਆਸਨ ਨੂੰ ਜਿਹੜਾ ਹੈਗਾ ਜਦੋਂ ਜ਼ਿਆਦਾ ਉਮਰ ਹੋ ਜਾਂਦੀ ਹੈ ਤਾਂ ਕਰਨਾ ਥੋੜ੍ਹਾ ਜਿਹਾ ਸੌਖਾ ਹੁੰਦਾ ਹੈ, ਅਤੇ ਜਿਹੜਾ ਸਰਵਾਂਗ ਆਸਨ ਹੈ ਅਤੇ ਹਲ ਆਸਨ ਹੈ ਥੋੜ੍ਹਾ ਜਿਹਾ ਮੁਸ਼ਕਲ ਹੁੰਦਾ, ਇਸ ਕਰਕੇ ਮੈਂ ਇਸ ਨੂੰ ਅਡੋਪਟ ਕੀਤਾ। ਤਾਂ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਹ ਦਿਲ ਵਾਲੇ ਪਾਸੇ ਨੂੰ ਹੋ ਜਾਂਦਾ ਹੈ। ਹੁਣ ਤੁਸੀਂ ਜਿਹੜੀ ਐਕਸਰਸਾਈਜ਼ ਦੇਖੋਗੇ ਇਹ ਹੈਗੀ ਹੈ ਪੇਟ ਦੀ। ਆਮ ਤੌਰ 'ਤੇ ਸਾਨੂੰ ਕਬਜ਼ ਹੋ ਜਾਂਦੀ ਹੈ ਜਿਹੜੇ ਸਿਟਿੰਗ ਜ਼ਿਆਦਾ ਕਰਦੇ ਨੇ, ਬੈਠਦੇ ਜ਼ਿਆਦਾ ਨੇ, ਸਟੂਡੈਂਟਸ ਨੂੰ ਵੀ ਹੁੰਦੀ ਹੈ, ਔਫਿਸ ਦਾ ਕੰਮ ਕਰਨ ਵਾਲਿਆਂ ਨੂੰ ਵੀ ਹੁੰਦੀ ਹੈ। ਤਾਂ ਆਪਾਂ ਕੀ ਕਰਨਾ ਹੈ, ਆਪਣੇ ਪੇਟ ਨੂੰ ਅੰਦਰ ਵੱਲ ਨੂੰ ਖਿੱਚਣਾ ਹੈ। ਉਹ ਕਿਵੇਂ ਕਰਾਂਗੇ, ਆਪਾਂ ਸਾਹ ਪਹਿਲਾਂ ਧੀਰੇ ਧੀਰੇ ਬਾਹਰ ਕੱਢ ਦੇਣਾ ਹੈ। ਜਦੋਂ ਸਾਹ ਬਾਹਰ ਕੱਢ ਦੇਵਾਂਗੇ ਤਾਂ ਪੇਟ ਅੰਦਰ ਵੱਲ ਨੂੰ ਜਾਵੇਗਾ, ਫਿਰ ਆਪਾਂ ਪੇਟ ਨੂੰ ਅੰਦਰ ਹੋਰ ਕਰਨਾ ਹੈ, ਹਿਲਾਉਣ ਦੀ ਕੋਸ਼ਿਸ਼ ਵੀ ਕਰਨੀ ਹੈ ਤਾਂ ਕਿ ਪੇਟ ਦੇ ਵਿੱਚ ਜਿਹੜੀਆਂ ਅੰਤੜੀਆਂ ਨੇ ਉਹਨਾਂ ਦੀ ਐਕਸਰਸਾਈਜ਼ ਜਿਹੜੀ ਹੈਗੀ ਆ ਉਹ ਚੰਗੀ ਤਰ੍ਹਾਂ ਹੋ ਜਾਵੇ। ਹੁਣ ਅਗਲੀ ਐਕਸਰਸਾਈਜ਼ ਦੇ ਵਿੱਚ ਜਿਹੜਾ ਸਾਹ ਹੈਗਾ ਉਹ ਸਿਰਫ ਬਾਹਰ ਕੱਢਿਆ ਜਾ ਰਿਹਾ, ਤੇ ਜਿਹੜੀ ਐਕਸਰਸਾਈਜ਼ ਤੁਸੀਂ ਹੁਣ ਦੇਖ ਰਹੇ ਹੋ ਇਸ ਨੂੰ ਲੋਮ ਵਿਲੋਮ ਕਹਿੰਦੇ ਹਨ। ਅੰਗੂਠੇ ਨਾਲ ਅਸੀਂ ਨੱਕ ਦੇ ਇੱਕ ਹਿੱਸੇ ਨੂੰ ਬੰਦ ਕਰ ਲੈਣਾ ਹੈ ਤੇ ਦੂਜੇ ਹਿੱਸੇ ਰਾਹੀਂ ਹਵਾ ਬਾਹਰ ਕੱਢਣੀ ਹੈ ਤੇ ਉਸੇ ਹਿੱਸੇ ਰਾਹੀਂ ਫਿਰ ਹਵਾ ਅੰਦਰ ਲੈ ਕੇ ਜਾਣੀ ਹੈ, ਫਿਰ ਦੂਜੇ ਹਿੱਸੇ ਨੂੰ ਨੱਕ ਦੇ ਦੂਜੇ ਹਿੱਸੇ ਨੂੰ ਉਂਗਲਾਂ ਨਾਲ ਬੰਦ ਕਰਕੇ ਹਵਾ ਜਿਹੜੀ ਬਾਹਰ ਕੱਢਣੀ ਹੈ ਉਹ ਪਹਿਲਾਂ ਜਿਹੜੇ ਛਿੱਦਰ ਨੂੰ ਬੰਦ ਕੀਤਾ ਸੀ ਉਹਦੇ ਰਾਹੀਂ ਬਾਹਰ ਕੱਢਣੀ ਹੈ। ਹੁੰਦਾ ਹੈ ਇਹ ਐਕਸਰਸਾਈਜ਼ ਆਪਾਂ ਕਦੋਂ ਕਰਨੀ ਹੈ, ਜਦੋਂ ਆਪਾਂ ਕੂਲ ਡਾਊਨ ਹੋਣਾ ਹੈ। ਤਾਂ ਜਿਸ ਤਰ੍ਹਾਂ ਵਾਰਮ ਅਪ ਜ਼ਰੂਰੀ ਹੈ ਉਸੇ ਤਰ੍ਹਾਂ ਕੂਲ ਡਾਊਨ ਹੋਣਾ ਵੀ ਜ਼ਰੂਰੀ ਹੈ। ਇਹ ਹੈ ਜੀ ਸ਼ਵ ਆਸਨ। ਤਾਂ ਤੁਸੀਂ ਆਪਣੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦੇਣਾ ਹੈ
ਜਿਵੇਂ ਕੋਈ ਮ੍ਰਿਤ ਹੁੰਦਾ ਹੈ ਤਾਂ ਉਹ ਵੀ ਉਹ ਬਿਲਕੁਲ ਵੀ ਕੁਛ ਵੀ ਨਹੀਂ ਕਰ ਪਾਉਂਦਾ, ਬਿਲਕੁਲ ਉਸੇ ਤਰ੍ਹਾਂ ਆਪਾਂ ਆਪਣੇ ਸਰੀਰ ਪ੍ਰਤੀ ਬਿਲਕੁਲ ਕੁਝ ਨਹੀਂ ਕਰਨਾ ਤੇ ਢਿੱਲਾ ਛੱਡ ਦੇਣਾ ਹੈ। ਤੁਸੀਂ ਮੇਰੀਆਂ ਵੀਡੀਓਜ਼ ਨੂੰ ਬਹੁਤ ਹੀ ਧਿਆਨ ਨਾਲ ਦੇਖਦੇ ਹੋ, ਮੈਨੂੰ ਉਤਸ਼ਾਹਿਤ ਕਰਦੇ ਹੋ ਕਿ ਮੈਂ ਹੋਰ ਮਿਹਨਤ ਕਰਾਂ ਤੁਹਾਡਾ ਮੇਰੀਆਂ ਵੀਡੀਓਜ਼ ਨੂੰ ਦੇਖਣ ਤੇ, ਮੇਰੀਆਂ ਵੀਡੀਓਜ਼ ਨੂੰ ਸਲਾਹਣ ਤੇ, ਸ਼ੇਅਰ ਕਰਨ ਤੇ ਬਹੁਤ ਬਹੁਤ ਧੰਨਵਾਦ।